ਲੋ ਮੁੰਡੋ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸਲਾਮ ਵਾਲੇਕਮ ਕੀ ਹਾਲ ਚਾਲ ਆ ਮੁੰਡੋ ਸੈਟੋ ਤੇ ਲੋ ਵੀ ਮੁੰਡਿਓ ਜਿੱਦਾਂ ਤੁਸੀਂ ਦੇਖ ਸਕਦੇ ਆਪਣੇ ਡਰਾਈਵਰ ਜੱਟ ਦੇ ਕੱਪੜੇ ਬਈ ਨੋ ਫਾਰਮਰ ਤੇ ਨੋ ਫੂਡ ਕਿਉਂ ਬਈ ਮੰਨਦੇ ਹੋ ਤੇ ਇਧਰਲੇ ਪਾਸੇ ਆਪਾਂ ਆਪਣਾ ਸਟicker ਲਵਾਇਆ ਏ ਹਾਏ 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 ਨਹੀਂ ਰੀਸਾ ਡਰਾਈਵਰ ਜੱਟ ਬਈ ਪੂਰਾ ਮਤਲਬ ਐਣ ਕੀ ਝੋਟਾ ਬਣਿਆ ਪਿਆ ਬਈ ਪਰ ਮੁੰਡਿਓ ਅੱਜ ਜਿਹੜਾ ਆਪਾਂ ਕੰਮ ਕਰਨ ਚੱਲੇ ਆ ਮੇਰੇ ਵੀਰਿਓ ਉਹ ਵੀ ਝੋਟਾ ਕੰਮ ਆ ਕਿਉਂਕਿ ਗੱਲ ਪਤਾ ਕੀ ਹੋਈ ਮੈਨੂੰ ਬਾਈ ਦਾ ਆਇਆ ਮੈਸੇਜ ਬਾਈ ਕਹਿੰਦਾ ਬਰਾੜਾ ਤੇਰੇ ਲਈ ਇੱਕ ਟਰੈਕਟਰ ਹੋਰ ਰੈਡੀ ਕੀਤਾ ਪਿਆ ਮੈਂ ਕਿਹਾ ਬਾਈ ਮੈਂ ਇਸ ਟਾਈਮ ਫਿਰਦਾ ਖੇਤ ਆਪਾਂ ਪਹਿਲਾਂ ਹੀ ਬਾਈ ਆਪਣਾ ਜਿਹੜਾ 6011 ਤੁਹਾਨੂੰ ਪਤਾ ਹੈਗਾ ਉਹ ਥੋੜ੍ਹਾ ਜਿਹਾ ਮੋਡੀਫਾਈ ਕਰਨਾ ਦਿੱਤਾ ਕਿਉਂ ਮੈਂ ਪੁੱਛਦਾ ਇੱਥੇ ਗਰੇਵਾਲ ਨੂੰ ਜੇ ਬਾਈ ਨੇ ਠੀਕ ਕਰਤਾ ਕਿ ਨਹੀਂ ਪਰ ਜਿੱਦਾਂ ਦਾ ਵੀ ਹੋਇਆ ਆਪਾਂ ਬਾਈ ਆਪਣੇ 6011 ਨੂੰ ਲੈ ਕੇ ਜਾਣਾ ਇੱਕ ਨਵਾਂ ਟਰੈਕਟਰ ਲੈ ਕੇ ਆਉਣਾ ਹੁਣ ਉਹ ਨਵਾਂ ਟਰੈਕਟਰ ਤੁਸੀਂ ਹੁਣ ਟਾਈਟਲ 'ਚ ਦੇਖ ਹੀ ਲਿਆ ਹੋਣਾ ਫੂਡ ਹੀ ਹੈ ਬਾਈ ਪਰ ਮੁੰਡੇ ਮੈਂ ਕਿਹਾ ਓਏ ਤੁਹਾਡੀ ਮਰਨਾ ਜਾਵੇ ਖਰਗੋਸ਼ ਕੋਈ ਮੈਂ ਕਿਹਾ ਮੁੰਡਾ ਤੁਸੀਂ ਦੇਖਦੇ ਜਾਇਓ ਬਾਈ ਟਰੈਕਟਰ ਤਾਂ ਆਪਾਂ ਹਰੇਕ ਵਾਰੀ ਲੈ ਕੇ ਆਉਂਦੇ ਹੁੰਦੇ ਹਾਂ ਪਰ ਆਹ ਟਰੈਕਟਰ ਮੁੰਡ ਸਪੈਸ਼ਲ ਬਾਈ ਨੇ ਆਪਣੇ ਲਈ ਮੋਡੀਫਾਈ ਕਰਕੇ ਭੇਜਿਆ ਅਤੇ ਇਹਨੂੰ ਲੈਣ ਜਾਣਾ ਅਤੇ ਹੁਣ ਮੈਂ ਸਭ ਤੋਂ ਪਹਿਲਾਂ ਇੱਥੇ ਆਪਣੇ ਗਰੇਵਾਲ ਮਕੈਨਿਕ ਬਾਈ ਕੋਲ ਜਾਣਾ ਗਾ ਕਿਉਂਕਿ ਮੈਂ ਸ਼ੋਰੂਮ 'ਚੋਂ ਬਾਈ ਤੁਹਾਨੂੰ ਵੀ ਪਤਾ ਇੱਧਰ ਆ ਗਿਆ ਸੀ ਆਪਣੇ ਪਿੰਡ ਟਰੈਕਟਰ ਲੈ ਕੇ ਆਪਣਾ 6011 ਪਰ ਬਾਈ ਕਹਿੰਦਾ ਥੋੜ੍ਹਾ ਜਿਹਾ ਟਾਈਮ ਮੈਨੂੰ ਹੋਰ ਦੇ ਬਾਈ ਤੇਰਾ ਜਿਹੜਾ 6011 ਇਹਨੂੰ ਆਪਾਂ ਇੱਕ ਹੋਰ ਮਤਲਬ ਧਾਕੜ ਚੀਜ਼ ਬਣਾਉਣੀ ਇਹਨੂੰ ਮੈਂ ਕਿਹਾ ਜ਼ਰੂਰ ਬਾਈ ਜਿੰਨਾ ਤੇਰਾ ਟਾਈਮ ਤੈਨੂੰ ਚਾਹੀਦਾ ਮੁੰਡਿਆ ਲੈ ਲਾ ਅਤੇ ਪਰ ਫਿਲਹਾਲ ਬਾਈ ਮੈਨੂੰ ਚਾਹੀਦਾ ਅੱਜ ਉਹ ਟਰੈਕਟਰ ਜਿੱਦਾਂ ਦਾ ਵੀ ਬਣਿਆ ਹੋਇਆ ਮੈਂ ਨਾ ਚੱਕਣਾ ਗਾ ਇੱਥੋਂ ਅਤੇ ਫਿਰ ਆਪਾਂ ਉਹ ਲੈ ਕੇ ਆਉਣਾ ਜਿਹੜਾ ਨਵਾਂ ਟਰੈਕਟਰ ਉਹਦੇ ਲਈ ਟਰਾਲੀ ਮੈਂ ਪਹਿਲਾਂ ਹੀ ਬੁੱਕ ਕਰਾ ਲਈ ਆ ਟਰਾਲੀ ਆਪਣੇ ਉੱਧਰ ਖੜੀ ਆ ਗਵਾਂਢੀਆਂ ਕੋਲ ਜਿੱਥੇ ਆਪਣੇ ਡਰਾਈਵਰ ਜੱਟ ਦਾ ਘਰ ਆ ਅਤੇ ਉੱਥੋਂ ਟਰਾਲੀ ਚੱਕ ਕੇ ਮੁੰਡਾ ਟਰਾਲੀ 'ਚ ਲੈ ਕੇ ਆਉਣਾ ਬਾਈ ਉਹ ਟਰੈਕਟਰ ਅਤੇ ਇੱਥੇ ਦੇਖਦੇ ਹਾਂ ਬਾਈ ਨੇ ਕਿਹੋ ਜਿਹਾ ਮੋਡੀਫਾਈ ਕੀਤਾ ਹੋਊਗਾ ਉਹ ਆਪਣਾ 6011 ਬਾਈ ਇੱਧਰ ਤਾਂ ਖੜਾ ਨਹੀਂ ਕਿੱਥੇ ਖੜਾ ਯਾਰ ਮੈਨੂੰ ਲੱਗਦਾ ਪਰਲੇ ਪਾਸੇ ਹੋਣਾ ਇੱਥੇ ਤਾਂ ਖੜਾ ਨਹੀਂ ਬਾਈ ਨੇ ਕਿਹਾ ਸੀ ਮੇਰੇ ਗੈਰਜ ਕੋਲ ਖੜਾ ਹੈਗਾ ਮੈਂ ਪਰ ਮਾੜਾ ਕੰਮ ਕਰਦਾ ਪਿਆ ਮੈਂ ਕਿਹਾ ਬਾਈ ਜਿੱਦਾਂ ਦਾ ਵੀ ਹੈਗਾ ਓਏ ਹੋਏ 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 ਮੈਂ ਕਿਹਾ ਜਿੱਦਾਂ ਦਾ ਵੀ ਹੈਗਾ ਮੁੰਡਾ ਸਾਨੂੰ ਦੇ ਲੈ ਬਾਈ ਆਹ ਦੇਖੋ ਕਿਹੜਾ ਕੰਮ ਕਰਦਾ ਪਿਆ ਥੋਡੀ ਨੂੰ ਮੁੰਡਿਓ ਮਾਸ਼ਾ ਅੱਲਾ ਬਾਈ ਚਲੋ ਆਪਣਾ ਹੀ ਆ ਟਰੈਕਟਰ ਬਾਈ ਇਹ 'ਤੇ ਜਾਣਾ ਅੱਜ ਆਪਾਂ ਇੱਕ ਹੋਰ ਟਰੈਕਟਰ ਲੈਣਾ ਬੱਲੇ ਬੱਲੇ ਇਹਦਾ ਕੰਮ ਚੱਲਦਾ ਪਿਆ ਬਾਈ ਆ ਟਰੈਕਟਰ ਦਾ ਪਰ ਸਾਡੇ ਵਰਗਿਆਂ ਨੂੰ ਦੇਖਣ ਵਾਲਿਆਂ ਨੂੰ ਲੱਗਦਾ ਕਿ ਬਾਈ ਕੰਪਲੀਟ ਹੀ ਆ ਪਰ ਮੁੰਡਿਓ ਪਤਾ ਨਹੀਂ ਅਰੇ ਬਾਈ 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 ਸਿਰਾ ਅਤੇ ਲਓ ਬਈ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ ਬਾਈ ਹੁਣ ਮੈਂ ਜਾਣਾ ਸਿੱਧਾ ਆਪਣੇ ਪਿੰਡ ਮਤਲਬ ਡਰਾਈਵਰ ਜੱਟ ਦਾ ਪਿੰਡ ਤੁਹਾਨੂੰ ਪਤਾ ਹੀ ਆ ਬਾਈ ਯਾਰ ਕਿੰਨੀ ਦੂਰ ਜਾਣਾ ਪੈਣਾ ਪਰ ਚਲੋ ਕੋਈ ਚੱਕਰ ਨਹੀਂ ਮੁੰਡਿਓ ਜਾਂਦੇ ਹਾਂ ਅਤੇ ਉੱਥੋਂ ਟਰਾਲੀ ਚੱਕ ਕੇ ਬਾਈ ਅਤੇ ਫਿਰ ਆਪਾਂ ਜਾਣਾ ਹੈਗਾ ਤੁਹਾਨੂੰ ਦੱਸਦੇ ਹਾਂ ਜਿੱਥੇ ਸ਼ਿਪ ਸ਼ੁਪ ਆਇਆ ਉਹ ਟਰੈਕਟਰ ਲੈ ਕੇ ਆਪਣਾ ਕਿਉਂਕਿ ਇੰਡੀਆ ਤੋਂ ਬਾਈ ਆਉਂਦੇ ਆ ਤੁਹਾਨੂੰ ਵੀ ਪਤਾ ਅਤੇ ਉਹ ਟਰਾਲੀ ਚੱਕ ਕੇ ਫਿਰ ਆਪਾਂ ਜਾਂਦੇ ਹਾਂ ਬਾਈ ਅਤੇ 6011 ਆਪਣਾ ਝੋਟਾ ਮੁੰਡਿਓ ਬੱਲੇ ਬੱਲੇ ਮੁੰਡਿਓ 70 MH 'ਤੇ ਜਾਂਦਾ ਪਿਆ ਪਰ ਮੈਂ ਕਿਲੋਮੀਟਰ 'ਚ ਨਹੀਂ ਲਾਇਆ ਚਲੋ ਇਹ ਕੋਈ ਨਾ ਇਹ ਵੀ ਚੇਂਜ ਕਰਾ ਲਾਂਗੇ ਆਪਾਂ ਥੋੜ੍ਹਾ ਕੁ ਟਾਈਮ ਦਿਓ ਮੈਨੂੰ ਪਰ ਮੁੰਡਿਓ ਆਹ ਦੇਖੋ ਟਰੈਕਟਰ ਕਾਲਾ ਆਪਣਾ 6011 ਕਾਲਾ ਝੋਟਾ ਅਤੇ ਮੂਹਰੇ 147 ਜਿਹੜੀ ਲੱਗੀ ਆ ਡੰਡੇ ਦੇ ਉੱਤੇ ਆਤੀ ਕਰਾਈ ਪਈ ਆ ਅਤੇ ਹੁਣ ਮੈਂ ਨਾ ਸਿੱਧਾ ਤੁਹਾਨੂੰ ਬਾਈ ਡਰਾਈਵਰ ਜੱਟ ਦੇ ਪਿੰਡ ਜਾ ਕੇ ਮਿਲਦਾ ਅਤੇ ਉੱਥੇ ਜਿਹੜੀ ਆਪਣੀ ਗੁਆਂਢੀਆਂ ਦੀ ਟਰਾਲੀ ਖੜੀ ਆ ਉਹ ਚੱਕਦੇ ਹਾਂ ਅਤੇ ਫਿਰ ਉਹ ਟਰਾਲੀ 'ਤੇ ਬਾਈ ਆਪਾਂ ਜਿਹੜਾ ਟਰੈਕਟਰ ਲੈ ਕੇ ਆਉਣਾ ਨਾ ਉਹ ਦੇਖਿਓ ਤੁਸੀਂ ਪਰ ਮੌਸਮ ਚੈੱਕ ਕਰੋ ਮੇਰੇ ਵੀਰੋ ਸਿਰਾ ਲੱਗ ਗਿਆ ਪਿਆ ਯਾਰ ਅਤੇ ਲਓ ਵੀ ਮੁੰਡੇ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਆਪਾਂ ਆਪਣੇ ਪਿੰਡ ਦੇ ਕੋਲ ਪਹੁੰਚ ਚੁੱਕੇ ਹਾਂ ਪਰ ਮੌਸਮ ਦੇਖੋ ਬਾਈ ਇੱਦਾਂ ਲੱਗਦਾ ਜਿੱਦਾਂ ਮੀਂਹ ਪੈ ਕੇ ਹਟਿਆ ਹੁੰਦਾ ਅਤੇ ਚਿੱਕੜ ਹਜੇ ਸੜਕਾਂ 'ਤੇ ਖੜਾ ਇੱਥੇ ਬਾਈ ਪਰ ਆਹ ਸਮੁੰਦਰ ਦਾ ਪਾਣੀ ਚੈੱਕ ਕਰੋ ਬਾਈ ਇੱਧਰ ਥੋਡੀ ਨੂੰ ਮੈਨੂੰ ਲੱਗਦਾ ਸਮੁੰਦਰ ਦਾ ਪਾਣੀ ਵੀ ਬਾਹਰ ਆ ਗਿਆ ਬਾਈ ਪਰ ਬਾਈ ਆਹ ਆਪਣਾ ਝੋਟਾ ਕਾਲੇ ਰੰਗ ਦਾ ਮੁੰਡੇ ਦੱਸੋ ਕਿੱਦਾਂ ਦਾ ਲੱਗਦਾ ਪਿਆ ਤੁਹਾਨੂੰ ਕਾਲੇ ਰੰਗ ਦਾ ਨਹੀਂ ਤਾਂ ਆਪਾਂ ਰੰਗ ਫਿਰ ਚੇਂਜ ਕਰਾ ਲਾਂਗੇ ਪਰ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਾਸ਼ਾ ਅੱਲਾ ਬਾਈ ਸਿਰਾ ਗੱਲਬਾਤ ਆ ਬਾਈ ਚਲੋ ਯਾਰ ਮੈਂ ਵੀ ਕਿਹੜੇ ਕੰਮ ਕਰਨ ਲੱਗ ਗਿਆ ਨਾ ਕਿਉਂਕਿ ਦਿਨ ਛਿਪਦਾ ਪਿਆ ਦਿਨ ਚੜ੍ਹਦਾ ਨਹੀਂ ਪਿਆ ਬਾਈ ਪਰ ਉਹ ਟਰੈਕਟਰ ਆਪਾਂ ਅੱਜ ਲੈ ਕੇ ਆਉਣਾ ਬਾਈ ਅਤੇ ਉਹ ਟਰੈਕਟਰ ਨੂੰ ਵੀ ਆਪਾਂ ਸ਼ੋਰੂਮ ਨਹੀਂ ਲੈ ਕੇ ਜਾਂਦੇ ਸਿੱਧਾ ਕਿਉਂਕਿ ਲੈ ਕੇ ਤਾਂ ਆਪਾਂ ਉਹਨੂੰ ਬਾਈ ਖੇਤ ਹੀ ਆਵਾਂਗੇ ਟਰਾਲੀ 'ਤੇ ਪਰ ਮੈਂ ਇੱਥੋਂ ਟਰਾਲੀ ਚੱਕਣੀ ਆ ਬਾਈ ਯਾਰ ਆਪਣੇ ਗੁਆਂਢੀਆਂ ਦੀ ਟਰਾਲੀ ਲੱਭੋ ਮੁੰਡੇ ਕਿੱਥੇ ਆ ਸੰਧੂਆਂ ਦੀ ਟਰਾਲੀ ਚੱਕਣੀ ਆ ਬਾਈ ਆਹ ਖੜੇ ਆਪਣੇ ਗੁਆਂਢੀ ਇਹਨਾਂ ਦੀ ਕੋਠੀ ਬਾਈ ਹਜੇ ਪਈ ਨਹੀਂ ਬਾਈ ਆਹ ਖੜੀ ਟਰਾਲੀ ਮੁੰਡੇ ਬੱਲੇ 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 ਲਓ ਵੀ ਮੁੰਡੇ ਗੂਚੀ ਵਾਲਾ ਸੱਪ ਕਹਿੰਦੇ ਟਰਾਲੀ 'ਤੇ ਲਵਾਇਆ ਗਾ ਟਰਾਲੀ ਪਾਉਂਦੇ ਆਪਣੇ 6011 ਪਿੱਛੇ ਪੈ ਗਈ ਬੱਲੇ ਬੱਲੇ ਨਹੀਂ ਰੀਸਾ ਮੁੰਡੇ ਟਰਾਲੀ ਤਾਂ ਤੁਸੀਂ ਦੇਖੀ ਹੋਣੀ ਆ ਨਾ ਪਹਿਲਾਂ ਸਿਰਾ ਗੱਲਬਾਤ ਪਰ ਬਾਈ ਹੁਣ ਮੈਂ ਜਾਣਾ ਸਿੱਧਾ ਆਪਣੇ ਸ਼ੈਪ ਦੇ ਅਤੇ ਆਪਣੇ 6011 ਪਿੱਛੇ ਬਾਈ ਟਰਾਲੀ ਬਾਈ ਕਿੱਦਾਂ ਦੀ ਲੱਗਦੀ ਹੈ ਇਹ ਵੀ ਦੱਸ ਦਿਓ ਮੇਰੇ ਬਾਈ ਆਹ ਦੇਖੋ ਬੁੱਕਦਾ ਜਾਂਦਾ ਨਾ ਬਾਈ ਕਾਲੇ ਝੂਟੇ ਪਿੱਛੇ ਟਰਾਲੀ ਬਾਈ ਸੰਧੂਆਂ ਦੀ ਟਰਾਲੀ ਆ ਕਹਿੰਦੇ ਬਾਈ ਇਹ ਮੁੜ ਹੌਲੀਕ ਮਿਸਤਰੀ ਨੇ ਬਣਾਈ ਆ ਕਹਿੰਦੇ ਮੇਰੇ ਵੀਰੋ ਅਤੇ ਗਰੇਵਾਲ ਬਾਈ ਨੇ ਆਪਣਾ ਟਰੈਕਟਰ ਮੋਡੀਫਾਈ ਕੀਤਾ
ਤੇ ਹੁਣ ਜਿਹੜਾ ਟਰੈਕਟਰ ਲੈਣ ਜਾਣਾ ਬਈ ਉਹ ਵੀ ਗਰੇਵਾਲ ਬਾਈ ਨੇ ਕੀਤਾ ਤੇ ਇਹ ਹੁਣ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਪਰ ਫਿਲਹਾਲ ਤੁਸੀਂ ਆਨੰਦ ਮਾਣੋ ਬਈ ਆਪਣੀ ਟਰਾਲੀ ਟਰੈਕਟਰ ਦਾ ਤੇ ਆ ਪਿਆਰੇ ਜਿਹੇ ਮੌਸਮ ਦਾ ਤੇ ਬਾਕੀ ਜਿੰਨੇ ਵੀ ਜਾਣੇ ਮੇਰੇ ਬਾਈ ਆਏ ਆ ਨਾ ਦੇਖਣ ਮੁੰਡੋ ਲਾਈਕ ਕਰ ਦਿਓ ਤੇ ਬਾਅਦ 'ਚ ਤੁਹਾਨੂੰ ਡਿਟੇਲ 'ਚ ਆ ਜਦੋਂ ਨਾ ਆਪਣਾ ਟਰੈਕਟਰ ਆ ਵੀ ਕੰਪਲੀਟ ਹੋ ਗਿਆ ਫਿਰ ਤੁਹਾਨੂੰ ਆ ਵੀ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਵੀ ਬਾਈ ਪਿਆਰ ਦਿਆ ਕਰੋ ਹੁਣ ਇੰਨਾ ਸੋਹਣਾ ਸੋਹਣਾ ਕੰਟੈਂਟ ਆਉਂਦਾ ਤੁਹਾਡੇ ਲਈ ਉਹ ਤੁਹਾਡੀ ਕਿੱਕਰ ਦੀ ਬੇਸ ਰੱਖਾ ਤੀ ਬਾਈ ਨੇ ਨਹੀਂ ਲੀ ਸਰ ਤਾਂ ਮੇਰੇ ਬਾਈ ਤੁਸੀਂ ਵੀ ਸਪੋਰਟ ਕਰਿਆ ਕਰੋ ਪੂਰੀ ਅਤੇ ਲਓ ਯਾਰ ਬਸ ਥੋੜ੍ਹੀ ਜਿਹੀ ਦੂਰ ਹੋਰ ਆ ਆਪਾਂ ਜਿੱਥੇ ਜਾਣਾ ਉੱਥੋਂ ਟਰੈਕਟਰ ਨੂੰ ਇਹ ਟਰਾਲੀ 'ਚ ਲੱਦ ਕੇ ਬਾਈ ਫਿਰ ਆਪਾਂ ਲਿਆਉਣਾ ਘਰੇ ਕਿਉਂਕਿ ਉਹ ਟਰੈਕਟਰ ਬਾਈ ਨਵਾਂ ਹੈਗਾ ਅਤੇ ਇੱਦਾਂ ਉਹਨੂੰ ਤੋਰ ਕੇ ਲਿਆ ਨਹੀਂ ਸਕਦੇ ਕਿਉਂਕਿ ਹਜੇ ਉਹਦੀ ਸਪੀਡ ਸਪਾਟ ਮੈਨੂੰ ਲੱਗਦਾ ਖੁੱਲ੍ਹੀ ਨਹੀਂ ਹੋਣੀ ਸੋ ਆਪਾਂ ਟਰਾਲੀ 'ਤੇ ਹੀ ਲੈ ਕੇ ਆਵਾਂਗੇ ਕਹਿੰਦਾ ਬਾਈ ਕਹਿੰਦਾ ਸੀ ਆਪਾਂ ਵੱਡੀ ਪਹਾੜ ਤੋਂ ਪਰਲੇ ਪਾਸੇ ਜਾਣਾ ਅਤੇ ਮੁੰਡਿਓ ਥੋੜ੍ਹਾ ਜਿਹਾ ਮੈਨੂੰ ਟਾਈਮ ਦਿਉ ਅਤੇ ਮੈਂ ਜਾਣਾ ਗਾ ਪਹਾੜ ਦੇ ਪਰਲੇ ਪਾਸੇ ਪਰ ਆਪਣਾ ਨਾਟ ਗਿਆਰਾ ਮੁੰਡੇ ਕਿੱਦਾਂ ਲੱਗਿਆ ਮੈਨੂੰ ਸੱਚੀ ਗੱਲ ਇਹ ਵੀ ਦੱਸਿਓ ਯਾਰ ਆਹ ਦੇਖੋ ਚੈੱਕ ਕਰੋ ਬਾਈ ਥੋਡੀ ਘੈਂਟ ਗੱਲਬਾਤ ਬਾਈ ਘੈਂਟ ਗੱਲਬਾਤ ਅਤੇ ਲਓ ਜ਼ਿਆਦਾ ਨਹੀਂ ਟਾਈਮ ਖਰਾਬ ਕਰਨਾ ਯਾਰ ਤੁਸੀਂ ਵੀ ਕਹੋਗੇ ਬਾਈ ਉਦੋਂ ਦਾ ਇਹੀ ਗੱਲਾਂ ਮਾਰੀ ਜਾਂਦਾ ਜਲਦੀ ਜਲਦੀ ਟਰੈਕਟਰ ਦਿਖਾਓ ਦਿਖਾਉਂਦੇ ਹਾਂ ਮੁੰਡੇ ਦਿਖਾਉਂਦੇ ਹਾਂ ਠੰਡ ਰੱਖੋ ਸਬਰ ਦਾ ਫਲ ਮਿੱਠਾ ਹੁੰਦਾ ਹੁਣ ਇੱਥੋਂ ਮੈਂ ਜੰਪ ਤਾਂ ਲਵਾ ਨਹੀਂ ਸਕਦਾ ਪਰ ਆਪਾਂ ਇੱਦਾਂ ਹੀ ਜਾਵਾਂਗੇ ਅਤੇ ਬਾਕੀ ਤੁਹਾਡੇ ਮੈਸੇਜ ਵੀ ਆਉਂਦੇ ਹੁੰਦੇ ਆ ਬਾਈ ਵੀਡੀਓ ਥੋੜ੍ਹੀ ਜਿਹੀ ਲੰਬੀ ਬਣਾਇਆ ਕਰੋ ਸੋ ਤਾਂ ਕਰਕੇ ਮੁੰਡੇ ਤੁਸੀਂ ਦੇਖੋ ਆਪਣੀਆਂ ਸੜਕਾਂ ਛੁੜਕਾਂ ਗ੍ਰਾਫਿਕਸ ਦੇ ਵੀ ਨਜ਼ਾਰੇ ਲੁੱਟੋ ਅਤੇ ਨਾਲੇ ਆਪਾਂ ਗੱਲਾਂ ਬਾਤਾਂ ਮਾਰੀ ਜਾਂਦੇ ਹਾਂ ਨਾ ਬਾਈ ਅਤੇ ਬਾਕੀ ਦੂਜੀ ਰਹੀ ਗੱਲ ਜਿੰਨੇ ਵੀ ਜਾਣੇ ਦੇਖੀ ਜਾਂਦੇ ਇਸ ਟਾਈਮ ਬਾਈ ਐਂਡ 'ਤੇ ਜਦੋਂ ਵੀਡੀਓ ਖਤਮ ਹੋ ਜੂਗੀ ਆਪਣਾ ਐਪੀਸੋਡ ਖਤਮ ਹੋ ਜੂਗਾ ਤੁਸੀਂ ਸਾਰੇ ਜਣੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਜਾਇਓ ਅਤੇ ਦੱਸਿਓ ਮੈਨੂੰ ਜੇ ਤੁਸੀਂ ਆਪਣੀ ਥਾਰ ਦੀ ਆਫ ਰੋਡਿੰਗ ਦੇਖਣੀ ਚਾਹੁੰਦੇ ਆ ਕਿਉਂਕਿ ਆਪਣੀ ਬਾਈ ਥਾਰ ਵੀ ਮੋਡੀਫਾਈ ਹੋਈ ਪਈ ਹੈ ਅਤੇ ਇੱਥੋਂ ਮੈਂ ਜਾਣਾ ਹੁਣ ਲੈਫਟ ਤੁਹਾਡੀ ਹਾਏ 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 ਉਹ ਨਾ ਬਾਈ ਆਹ ਦੇਖੋ ਇਹ ਮਾਮੇ ਹੀਰ ਤਾਂ ਇੱਥੇ ਹੀ ਖੜ੍ਹੇ ਹੁੰਦੇ ਆ ਪਾਸੇ ਹਟ ਜਾਓ ਪਾਸੇ ਬਾਈ ਫੇਰ ਨਾ ਕਿਉਂ ਦੱਸਿਆ ਨਹੀਂ ਸਾਨੂੰ ਜੇ ਤੁਸੀਂ ਬਾਈ ਥਾਰ ਦੀ ਆਫ ਰੋਡਿੰਗ ਦੇਖਣੀ ਚਾਹੁੰਦੇ ਆ ਤਾਂ ਮੇਰੇ ਬਾਈ ਤੁਸੀਂ ਦੱਸ ਦਿਓ ਕਮੈਂਟ ਕਰਿਓ ਅਤੇ ਜ਼ਰੂਰ ਤੁਹਾਨੂੰ ਥਾਰ ਨਵੀਂ ਜਿਹੜੀ ਆਪਾਂ ਲਿਆਂਦੀਆਂ ਸੀ ਤਿੰਨ ਥਾਰਾਂ ਉਹਨਾਂ 'ਚੋਂ ਦੋ ਥਾਰਾਂ ਆਪਾਂ ਵੇਚਤੀਆਂ ਅਤੇ ਇੱਕ ਥਾਰ ਆਪਾਂ ਰੱਖ ਲਈ ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂ ਰੱਖੀ ਆ ਕਿਉਂਕਿ ਤੁਹਾਨੂੰ ਵੀ ਪਤਾ ਬਾਈ ਤੁਸੀਂ ਕਿਹਾ ਸੀ ਕਮੈਂਟ ਕੀਤੇ ਤੁਸੀਂ ਬਾਈ ਥਾਰ ਰੱਖ ਲਓ ਅਤੇ ਇੱਕ ਥਾਰ ਆਪਾਂ ਰੱਖ ਲਈ ਬਾਈ ਅਤੇ ਦੋ ਥਾਰਾਂ ਦੀ ਸੇਲ ਹੋ ਵੀ ਗਈ ਸੋ ਤਾਂ ਕਰਕੇ ਪਰ ਆਹ ਚੈੱਕ ਕਰੋ ਏ ਬਾਈ ਕਿੱਧਰ ਫਿਰਦਾ ਮੈਂ ਅਰੇ ਬਾਈ 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 ਚਲੋ ਗਾਈ ਹੁਣ ਜ਼ਿਆਦਾ ਗੱਲਾਂ ਨਹੀਂ ਮਾਰਨੀਆਂ ਆਪਾਂ ਸਿੱਧਾ ਉੱਥੇ ਜਾ ਕੇ ਮੈਂ ਤੁਹਾਨੂੰ ਮਿਲਦਾ ਜਿੱਥੇ ਉਹ ਟਰੈਕਟਰ ਆਇਆ ਹੈਗਾ ਅਤੇ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਉ ਮੇਰੇ ਬਾਈ ਕਿਉਂਕਿ ਟਰੈਕਟਰ ਬਾਈ ਆਪਣਾ ਇੱਥੇ ਮਾਸ਼ਾ ਅੱਲਾ ਕੰਮ ਕਰੀ ਜਾਂਦਾ ਅਰੇ ਬਾਈ ਕੀ ਟਾਈਮ ਹੋ ਗਿਆ ਉਹ ਟਾਈਮ ਕਿੰਨਾ ਦਿਖਦਾ ਨਹੀਂ ਪਿਆ ਮੈਨੂੰ ਬੱਲੇ ਬੱਲੇ ਬਾਈ 8 ਵੱਜਣ ਵਾਲੇ ਆ ਅਤੇ ਆਹ ਜਿੱਥੇ ਨਦੀ ਜੀ ਮੁੱਕੂਗੀ ਨਾ ਉੱਥੇ ਆਇਆ ਬਾਈ ਉਹ ਸ਼ੈਪ ਇੰਡੀਆ ਤੋਂ ਅਤੇ ਦਿਖਾਉਂਦੇ ਆ ਤੁਹਾਨੂੰ ਟਰੈਕਟਰ ਫਿਰ ਚਲੋ ਮੇਰੇ ਵੀਰੋ ਸ਼ੈਪਾ ਨਦੀ ਦੇ ਕਿਨਾਰੇ ਪਹੁੰਚ ਚੁੱਕੇ ਹਾਂ ਪਰ ਮੈਨੂੰ ਉਹ ਬੱਲੇ 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 ਮੁੰਡੇ ਉਹ ਖੜ੍ਹਾ ਸ਼ੈਪਾ ਆਪਣਾ ਅਤੇ ਜਾ ਕੇ ਚੈੱਕ ਕਰਦੇ ਹਾਂ ਕੀ ਸਿਸਟਮ ਆ ਮੁੰਡੇ ਤੁਸੀਂ ਦੇਖ ਹੀ ਲਿਆ ਪਰ ਆਪਾਂ ਬਾਈ ਥੱਲੇ ਕਿੱਥੋਂ ਦੀ ਜਾਣਾ ਬਾਈ ਅਰੇ ਬਾਈ 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 ਮੇਰਾ ਜੀ ਕਰਦਾ ਸੀ ਮੈਂ ਇੱਥੋਂ ਹੀ ਬਾਈ ਛਾਲ ਮਰਾਦਾ ਟਰੈਕਟਰ ਦੀ ਪਰ ਮੁੰਡਿਓ ਸਾਨੂੰ ਟਰੈਕਟਰ ਆ ਵੀ ਚਾਹੀਦਾ ਅਤੇ ਸਾਨੂੰ ਟਰੈਕਟਰ ਉਹ ਵੀ ਚਾਹੀਦਾ ਅਤੇ ਸਾਨੂੰ ਟਰਾਲੀ ਵੀ ਚਾਹੀਦੀ ਆ ਪਰ ਜਿੱਦਾਂ ਤੁਸੀਂ ਥੋੜ੍ਹਾ ਜਿਹਾ ਦੇਖ ਹੀ ਲਿਆ ਮੁੰਡੇ ਟਰੈਕਟਰ ਥੱਲੇ ਖੜ੍ਹਾ ਆਪਣਾ ਸ਼ੈਪ ਵੀ ਥੱਲੇ ਆਇਆ ਖੜ੍ਹਾ ਅਤੇ ਮੈਂ ਹੁਣ ਰਸਤਾ ਲੱਭਦਾ ਮੈਂ ਕਿੱਧਰ ਦੀ ਜਾਵਾਂ ਮੈਂ ਇੱਥੋਂ ਹੀ ਛੱਡ ਦਈਏ ਯਾਰ ਬੰਦੇ ਵਾਲੇ ਕੰਮ ਕਰਨੇ ਪੈਣੇ ਆ ਮੁੰਡਿਓ ਬੰਦੇ ਵਾਲੇ ਕੰਮ ਕਰਨੇ ਪੈਣੇ ਆ ਟੋ ਜੋ ਇੱਦਾਂ ਕਰਦੇ ਹਾਂ ਇੱਥੋਂ ਛੱਡਦੇ ਹਾਂ ਕਿਸੇ ਨੂੰ ਦੱਸਿਓ ਨਾ ਹੌਲੀ ਹੌਲੀ ਛੱਡਦੇ ਹਾਂ ਸਾਡੀ ਬਸ ਟਰਾਲੀ ਟਰੂਲੀ ਨਾ ਪਲਟ ਜੇ ਹੋਰ ਤਾਂ ਕੁਛ ਨਹੀਂ ਅਰੇ ਬਾਈ 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 ਪਰ ਕਹਿੰਦੇ ਝੋਟਾ ਗਾ ਝੋਟਾ ਗਾ ਮੇਰੇ ਵੀਰੇ ਉਹ ਬੋਲੇ ਬਾਈ ਬੜੀਆਂ ਰੌਣਕਾਂ ਲੱਗੀਆਂ ਪਈਆਂ ਇੱਥੇ ਥੋਡੀ ਨੂੰ ਮੁੰਡਾ ਪਹੁੰਚ ਚੁੱਕੇ ਹਾਂ ਆਪਾਂ ਫਾਈਨਲੀ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਸੋਨੇ ਲੀਕੇ ਦੀ ਟਰਾਲੀ ਆ ਸੰਧੂਆਂ ਦੀ ਟਰਾਲੀ ਆ ਆਪਣੇ ਗੁਆਂਢੀਆਂ ਦੀ ਅਤੇ ਝੋਟਾ ਆਪਣਾ ਪਰ ਆਪਾਂ ਜਿਹੜਾ ਝੋਟਾ ਲੈਣ ਆਏ ਹਾਂ ਬਾਈ ਉਹ ਦਿਖਾਉਂਦੇ ਹਾਂ ਤੁਹਾਨੂੰ ਉਹ ਖੜਾ ਸ਼ੈਪ ਬੋਲੇ ਬਾਈ ਥੋੜੇ ਜਿਹੇ ਵੀ ਬਾਈ ਫੋਰਡ ਟਰੈਕਟਰ ਹੀ ਆ ਓਏ ਹੋਏ 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 ਬੱਲੇ 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 ਮੁੰਡਿਓ ਹਾਂ ਸ਼ੈਪ ਛੱਡ ਕੇ ਜਾਂਦਾ ਹੁੰਦਾ ਬਾਈ ਹਮੇਸ਼ਾ ਦੀ ਤਰ੍ਹਾਂ ਪਰ ਹਾਏ 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 ਮੁੰਡਿਓ ਮੁਸਟੈਂਗ ਵਾਲਿਆਂ ਦਾ ਉਹ ਲਾਇਆ ਬਾਈ ਨੇ ਲੋਗੋ ਆਪਣੇ ਕੋਲ ਫੋਰਡ 3600 ਹੁੰਦਾ ਸੀ ਤੁਹਾਨੂੰ ਪਤਾ ਹੀ ਆ ਅਤੇ ਇਹ ਫੋਰਡ 3600 ਦੇਖੋ ਅਤੇ ਦੂਜਾ ਆਪਣਾ ਪੁਰਾਣਾ ਫੋਰਡ 3600 ਦੇਖੋ ਬਾਈ ਜਿਹਨੇ ਉਹ ਪੁਰਾਣਾ ਐਪੀਸੋਡ ਨਹੀਂ ਦੇਖਿਆ
पूरा मॉडिफाई किया पाया, मूहे बंपर से ब्राड लिखाया, मुस्टैंग का वो लाया, तो टायर चैक करो बई, बल्ले 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 बल्ले, तो डैक बई नहीं रीसा ताड़िया तो। अरे बई 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 गाइस हुण दसो की कह सकते हैं जो हुण भी ना बई तुसी लाइक लुइक करोगे, मतलब की कहिए यार गाइस, शेयर करके तबाही मचा दो मुंडो, देखो तो सही अत कराई पई है बाबे, अत कराई पई है बई, शीशे च जड़िया पिया अपना ब्राड टीवी, ते अपनी उपर इंस्टाग्राम की आई डी दीप BR4R। अरे भाई 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 मैं क्या आती कराती भाई गरेवाल भाई ने, ते ट्रैक्टर भाई ट्रैक्टर चला के ना देखी आप थोड़ा जा मुड़ो दसो वे की कहोगे भाई। अरे भाई 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 हैंडलिंग चेक करने वाली है, पासे हट जा भाई मरना जाई, तू आगना छड़ता भाई। अरे अरे भाई 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 गाइस ये ट्रैक्टर आप हजे नहीं चलाना, इनू खेत ही लैके जाने आप, पर मेरे भाई जिन्हें भी जाने आए हैं भाई तुम दस्यो भाई कि लगे कमेंट करके जरूर दस्यो मैं अपना ट्रैक्टर, तो हूँ मैं थोड़ा टाइम दो मैं ट्रैक्टर ट्राली तो चढ़ा मुंडे, तो वो आप बंदे जिन्हें भी खड़े इन्हों की मैं हेल्प की लड़ पैनी है, तो दो मिनट का टाइम दो मैं चढ़ा के ना तुम फिर मिलता है। तो लो भाई भाई सोने लीके की ट्राली उत्ते अपना फोर ट्रैक्टर भाई नवा ही आया सीधा नवा, तो नवे में आप इदा ही लेके जाना, आई नहीं कि भाई असी आ ट्रैक्टर इतने छड़ के उधर लेके जाइए मतलब अपना, पर नवे ट्रैक्टर बई जिदा नवी ब्याई दुल्हन नहीं होंगी बई नवी ब्याई बोटी वगू ही लेके जावे मेरे भीरियो। पर गाइस चेक करो एक बार वे कि लगता मुड़ो, चेक करो मेरे भाई न्यू ट्रैक्टर अपने ट्रैवर जट का, तो नवे ट्रैक्टर की मैं क्या देखी चलो डिलीवरी अपनी वो भी ट्राली तो बई सिरा गलबात, तो हूँ जो भाई इदू अगे भी तुम कुछ भालते हैं मैं क्या एंड ही है इदू अगे तो बई दुनिया का हूँ मैं की कह सकता, चेक करो बई अपना 69 झोटा आ कैमरे से दिखा दिए तू भाला नदी चना वट जे भाई नदी कही है ना मैं समुद्र च ही ना चला जाए, चेक करो बई मानते हैं सिरा होया पिया मेरे वीरो सिरा होया पिया गाइस। तो लो बई हूँ मैं ना ट्रैक्टर लैके जाना सीधा अपने खेत, तो उत्थे ले जाके ना तुहानू मैं फिर चला के दिखाउना थोड़ा जिहा, क्योंकि कद्दू च चलाउण मेरा बहुत दिल करदा। तो मुंडियो जे तुहानू वधिया लग्या मेरे भाई लाइक लुइक सारे कर दिओ जिन्ने भी जाने देखण आए आ, पर इत्थों मैं चाढ़दा तो तुहानू सीधा हुण खेत जाके मिलदा भाई। ओके तो लो मेरे वीरो आपां फाइनली अपने खेत पहुँच चुके हैं, तो लो बई फाइनली आपां बई अपने खेत आ चुके हैं जिदा तुसीं देख सकदे आ, तो अपनी स्कारपियो बई मैं उत्थे ही ला जांदी सी, फिर चलो अपने बई कोल मकैनिक कोल ही लाई आ, तो बई नूं मैं बाद चो ट्रैक्टर भी देख आना बई इहदा काम कहिंदा मैं होर करना बई, मैं कहा बई जिदा तुहानू ठीक लगदा तुसीं करो तो टेंशन नहीं लैनी, वो थोड़ी नूं किधर वाड़ता मैं। अरे बई 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 गाइस हुण मैं ना थले ला ला अपना बई फोड़, तो फिर थले ला के तुहानू मिलदे आ, तो थोड़ा जिहा चला के आउंदे आ आपां इधर कद्दू वल जाने आ। तो लो मेरे वीरो ट्रैक्टर आपां ट्राली चो ला लिया, तो हुण इहदा चलाउण नूं बई साडा दिल ना करे यार मुंडियो, मैं आ देखो बई अपना ट्रैक्टर इत्थे ही लाता देखो यार, हुण मैं भी औखा ही आ मेरा भी, पर कोई चक्कर नहीं आपां बई फोड़ चलाउणा, फोड़ च जाण देखदे आ किन्नी क अड्डा उड्डा चुकाउंदा कि नहीं, वो थोड़ी अड्डा उड्डा पूरा चुकाउंदा बई, पर हुण ना इहदे नाल बई मैं आ किला बाउणा सीगा, एक किला आपां फोर ट्रैक्टर नाल ही बाहवांगे बई। पर मुड़ो जे तुहानू वधिया लग्गिया अपना फोर ट्रैक्टर बई तो मेरे भाई लाइक जरूर कर दिओ, तो होर की देखना चाहुंदे हो तुसीं इह वी जरूर दस्सिओ, तो आ देखो बई। अरे बई 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 ट्रैक्टर नूं किले च भजाउण दा बई स्वाद ही होर आ वखरा ही आ, चेक करो बाल सिरा गलबात बई घैंट आ ना मुड़ो। अरे बई बई लो बई इहनूं इत्थे लाउणा, ते अपने सच ट्रैवर जट की शर्ट किदां लगी इह वी तुसीं जरूर दस्सिओ, क्योंकि ये भाई आपां बनाई है किदां लगी तुहानू इह वी जरूर दस्सिओ मेरे भाई। बल्ले बल्ले चलो बई यारो जिन्ने भी जाने आए देखण तुहाडा सारिआं दा बहुत बहुत धन्नवाद, ते मिलदे आ तुहानू आपां अगले एपीसोड विच, ते अगले एपीसोड विच बई थार नूं आपां लैके जाणा ऑफ रोडिंग ते, ते उह थार भी मॉडिफाई आ अपनी, ते उह भी तुहानू दिखावांगे, ते मिलदे आ तुहानू बई अगले एपीसोड विच, रब राखा यारो।